ਹਾਂਜੀ ਦੋਸਤੋ, ਤੁਹਾਡਾ ਸਵਾਗਤ ਹੈ ਯੂਟਿਊਬ ਚੈਨਲ 'ਤੇ ਜਨਰਲ ਸਟੂਡੈਂਟਸ ਰੀਡਿੰਗ ਆ। ਅਤੇ ਸਭ ਤੋਂ ਜਿਹੜਾ ਪਹਿਲਾ ਪੈਸੇਜ ਦਾ ਟਾਈਟਲ ਨੇਮ ਹੈਗਾ ਮੇਕਿੰਗ ਐਨ ਇਫੈਕਟਿਵ ਕੰਪਲੇਂਟ। ਇਸ ਦੇ ਵਿੱਚ 1 ਤੋਂ 6 ਤੱਕ ਜਿਹੜੇ ਕੁਐਸਚਨ ਹੈ ਇਹ ਬਲੈਂਕਸ ਆ, ਇਹਨਾਂ ਦੇ ਆਂਸਰ ਨੋ ਮੋਰ ਦੈਨ 3 ਵਰਡਸ ਦੇਣੇ ਆ। ਅਤੇ ਨੈਕਸਟ ਜਿਹੜਾ ਪੈਸੇਜ ਦਾ ਟਾਈਟਲ ਨੇਮ ਹੋਇਆ ਆਇਡੈਂਟੀ ਕ੍ਰਾਈਮ। ਇਸ ਦੇ ਵਿੱਚ 7 ਤੋਂ ਲੈ ਕੇ 14 ਤੱਕ ਜੈਸ ਟਰੂ ਫੋਲਸ ਆ। ਅਤੇ ਨੈਕਸਟ ਜਿਹੜਾ ਪੈਸੇਜ ਦਾ ਟਾਈਟਲ ਨੇਮ ਹੈਗਾ ਮੇਕਿੰਗ ਏ ਪ੍ਰੈਜੈਂਟੇਸ਼ਨ ਵਿਦਆਊਟ ਏ ਪ੍ਰੋਪਸ। ਇਸ ਦੇ ਵਿੱਚ 15 ਤੋਂ ਲੈ ਕੇ 21 ਤੱਕ ਜਿਹੜੇ ਕੁਐਸਚਨ ਹੈ ਬਲੈਂਕਸ ਆ, ਇਹਨਾਂ ਦੇ ਆਂਸਰ ਦੇਣੇ ਆ ਨੋ ਮੋਰ ਦੈਨ 2 ਵਰਡਸ। ਅਤੇ ਨੈਕਸਟ ਜਿਹੜੇ ਜਿਹੜਾ ਪੈਸੇਜ ਉਸਦਾ ਟਾਈਟਲ ਨੇਮ ਹੈਗਾ ਜੋਬ ਸਪੈਸੀਫਿਕੇਸ਼ਨ। ਇਸ ਦੇ ਵਿੱਚ ਜਿਹੜੇ 22 ਤੋਂ ਲੈ ਕੇ 27 ਤੱਕ ਜਿਹੜੇ ਕੁਐਸਚਨ ਹੈ ਬਲੈਂਕਸ ਆ, ਇਹਨਾਂ ਦੇ ਆਂਸਰ ਦੇਣੇ ਆ ਨੋ ਮੋਰ ਦੈਨ 3 ਵਰਡਸ। ਅਤੇ ਲਾਸਟ ਜਿਹੜਾ ਪੈਸੇਜ ਦਾ ਟਾਈਟਲ ਨੇਮ ਹੈਗਾ ਬਾਇਓ ਰੈਮੀਡੇਸ਼ਨ। ਇਸ ਦੇ ਵਿੱਚ 28 ਤੋਂ ਲੈ ਕੇ 32 ਤੱਕ ਜਿਹੜੇ ਕੁਐਸਚਨ ਵਿੱਚ ਪੈਰਾਗ੍ਰਾਫ ਵੰਡੇ ਦੀ ਇਨਫੋਰਮੇਸ਼ਨ ਟਾਈਪ ਆ। ਅਤੇ ਨੈਕਸਟ 33 ਤੋਂ ਲੈ ਕੇ 39 ਤੱਕ ਜਿਹੜੇ ਕੁਐਸਚਨ ਹੈ ਇਸ ਦੇ ਵਿੱਚ ਸਟੇਟਮੈਂਟਸ ਨੂੰ ਮੈਚ ਕਰਨਾ ਲਿਸਟ ਆਫ ਪਲਾਂਟਸ ਦੇ ਨਾਲ। ਅਤੇ ਲਾਸਟ 40 ਜਿਹੜਾ ਇਹ ਐਮ ਸੀ ਕਿਊ ਆ। ਅਤੇ ਚੈਨਲ 'ਤੇ ਨਵੇਂ ਸਬਸਕ੍ਰਾਈਬ ਜ਼ਰੂਰ ਕਰ ਲਿਓ, ਵੀਡੀਓ ਲਾਈਕ ਕਰਦੇ ਕਰੋ, ਸ਼ੇਅਰ ਕਰਦੇ ਕਰੋ, ਪਰ ਸਬਸਕ੍ਰਾਈਬ ਕਰਦੇ ਹਾਂ।